E a cor vermelha, por aquilo que está a beber, através de manhã, ou disse que eu cheguei na Argentina, cheguei de Maria, que eu se peço lá, que se eu vivi dólares, vou apostar em dentro. ਮੈਂ ਕਹਿ ਰਹੀ ਹਾਂ ਕਿ ਮੇਰੇ ਕੋਲ ਬੜੇ ਬੜੇ ਤੁਸੀਂ ਚਾਹ ਨਾ ਤੁਹਾਨੂੰ ਕਹਿ ਰਹੀ ਹਾਂ ਮੈਂ ਕਿ ਪੈਸੇ ਲੈ ਬਿਨਾਂ ਤੁਸੀਂ ਕਾਗਜ਼ ਦੇ ਦਿੰਦੇ ਜਿਹੜੇ ਬੰਦੇ ਦਾ ਕੰਮ ਨਹੀਂ ਹੋਣ ਵਾਲਾ ਹੋਵੇ ਉਹ ਤੁਹਾਡੇ ਕੋਲ ਜਾ ਕੇ ਜ਼ਰੂਰ ਕਹਿ ਸਕਦਾ ਜਦ ਉਹਦਾ ਕੰਮ ਨਾ ਹੋਵੇ ਨਾ ਹੋਣ ਵਾਲਾ ਕੰਮ ਨਹੀਂ ਹੋਇਆ ਮੈਨੂੰ ਕਿਸੇ ਇਹ ਨਹੀਂ ਕਿਹਾ ਕਿ ਸਾਡਾ ਕੰਮ ਨਹੀਂ ਹੋ ਰਿਹਾ ਮੈਨੂੰ ਸ਼ਿਕਾਇਤ ਇਹ ਆ ਰਹੀ ਆ ਕਿ ਤੁਸੀਂ ਕੰਮ ਹੋਏ ਦੇ ਕਾਗਜ਼ ਪੈਸੇ ਲੈ ਕੇ ਨੌਕਰੀ ਕਰਦੇ ਹੋ ਚੰਗੀ ਭਲੀ ਸੈਲਰੀ ਲੈਂਦੇ ਹੋ ਤੇ ਤੁਸੀਂ ਜੇ ਵੈਸੇ ਜਲਦੀ ਕੰਮ ਕਰਕੇ ਲੋਕਾਂ ਦੀਆਂ ਸੀਸਾਂ ਲੈ ਲਓ ਤੇ ਕੀ ਫਰਕ ਪੈਂਦਾ ਇਹ ਕੰਮਾਂ ਦੇ ਕਿਸੇ ਦੇ ਜੇ ਪੈਸੇ ਉੱਪਰ ਲੈ ਰਹੇ ਤੁਸੀਂ ਲੈਣੇ ਇਹ ਤੁਹਾਡੇ ਨੈਣਾਂ ਨੇ ਡਾਲ ਦੇਣੇ ਆ ਸਰ ਅਹੀ ਤਾਂ ਕੋਸ਼ਿਸ਼ ਮੇਰੀ ਤਾਂ ਸਰ ਇੱਥੇ ਲਗਾਤਾਰ ਇੱਕ ਦਿਨ ਮੇਰਾ ਨੌਕਰੀ ਸੀ ਮੈਂ ਜਦੋਂ ਤੁਹਾਨੂੰ ਆਪ ਬੁਲਾਇਆ ਸੀ ਹਾਂਜੀ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਵੀ ਤੁਸੀਂ ਠੀਕ ਨਹੀਂ ਕੀਤਾ ਬਹੁਤ ਦਿਨਾਂ ਤੋਂ ਮੈਨੂੰ ਕੁਛ ਕਹਿਣਾ ਚਾਹ ਰਹੀ ਨਹੀਂ ਤੁਹਾਡੀ ਬਹੁਤ ਦਿਨਾਂ ਤੋਂ ਕੁਛ ਕਹਿਣਾ ਚਾਹ ਰਹੀ ਪਿੰਡਾਂ 'ਚ ਜਾਂਦੇ ਹੋ ਯਾਰ ਕਿਸੇ ਤੋਂ ਤੁਹਾਡੀ ਕਿਸੇ ਮੁੰਡੇ ਦੀ ਪਿਛਲੇ ਜਦੋਂ ਤੋਂ ਚੱਲਿਆ ਕਦੀ ਸ਼ਿਕਾਇਤ ਨਹੀਂ ਜੇ ਕੋਈ ਦੇਣ ਦੀ ਵੀ ਕੋਸ਼ਿਸ਼ ਕਰੇ ਪੈਸੇ ਵੱਧ ਲੈਂਦੇ ਨਹੀਂ ਹੈ ਮੈਂ ਤਾਂ ਆਪਣੇ ਵੱਲੋਂ ਇਮਾਨਦਾਰੀ ਦੇ ਨਾਲ ਜੇ ਤੇ ਕਰਨਾ ਚਾਹੁੰਦੇ ਠੀਕ ਹੈ ਥੋੜਾ ਤੇ ਹੋਰ ਸਾਹ ਹੋਣਾ ਨਾ ਮੰਦਰ ਦਾ ਮੈਂ ਨਾ ਪਤਾ ਨਾ ਕਾਰਡ ਜਿਹੜੇ ਤੁਹਾਡੇ ਕੋਲ ਪੈਂਡੈਂਸ ਕੋਈ ਹੈਗੀ ਮੈਂ ਮੇਰੇ ਕੋਲ ਸਰ ਮੈਡਮ ਪੈ ਚੈੱਕ ਕਰਨ ਲਈ ਪਾਸਵਰਡ ਕਦੋਂ ਕਰ ਸਕਦੇ ਨਾਲੋਂ ਨਾਲ ਹੀ ਸਰ ਇਹ ਕਰੀ ਜਾਂਦੇ ਨੇ ਅੱਜ ਦੀ ਰਾਤ ਚਲੇ ਗਈ ਤੁਹਾਨੂੰ ਹਾਂਜੀ ਚਲੇ ਗਈ ਚਲੇ ਗਈ ਸਰ ਕੱਲ ਦੀ ਕੋਈ ਪੈਂਡੈਂਸ ਪਰਸੋਂ ਦੀ ਕੋਈ ਪੈਂਡੈਂਸ ਉਹ ਸਰ ਹੈਗੀ ਆ ਕੁਝ ਪੇਪਰ ਲੇਟ ਹੈ ਡੀ ਐਡਵਾਈਸ ਕਰ ਦਿੰਦੇ ਸਰ ਨਹੀਂ ਡੀ ਐਡਵਾਈਸ ਤੇ ਕਰੀ ਡੇਟ ਤੋਂ ਤੁਹਾਡੇ ਕੋਲ ਪੈਂਡੈਂਸ ਵੀ ਚੱਕ ਲਓ ਠੀਕ ਆ ਮੈਂ ਪੁੱਛਦੀ ਆ ਕਿ ਜਿਹੜੀ ਤੁਹਾਡੀ ਰਜਿਸਟਰ ਤੁਹਾਡਾ ਆ ਉਹਦੇ ਵਿੱਚ ਡੇਟਾਂ ਦੇ ਮੁਤਾਬਕ ਮੈਨੂੰ ਦਿਖਾਓ ਕਿ ਤੁਸੀਂ ਕਿੱਥੇ ਡੇਟ ਵਾਈਜ਼ ਨੋਟ ਕੀਤਾ ਸਰ ਇਦਾਂ ਜਾਂ ਤੁਸੀਂ ਜਦੋਂ ਆਉਂਦੇ ਹੋ ਮਰਜ਼ੀ ਦੇ ਨਾਲ ਇਕੱਠਾ ਚਾੜ ਦਿੰਦੇ ਨਹੀਂ ਸਰ ਮੈਂ ਤਾਂ ਮੈਂ ਲਿਖਣਾ ਮੈਂ ਤਾਂ ਹਾਂ ਮੈਂ ਸਾਨੂੰ ਤੋਂ ਐਸਪੀ ਤੋਂ ਮੇਲ ਆ ਜੀ ਉਹ ਇਕੱਠੀ ਆਂਦੀ ਆ 12 ਵਾਲਾ ਹੋਵੇ 13 ਵਾਲਾ ਵੀ 14 ਹੋਵੇ ਜਦੋਂ ਪਾਈ ਉਹ ਸਾਨੂੰ ਇਕੱਠੇ ਪੇਪਰ ਆਉਂਦੇ ਜਿੱਦਾਂ ਅੱਜ ਸਾਨੂੰ ਆਏ ਸਾਨੂੰ ਆ 12 13 ਦੇ ਵਿੱਚ ਇੱਥੇ 5 ਵਾਲਾ ਵੀ ਆਇਆ ਇਹ ਅੱਜ ਸਾਨੂੰ ਸ਼ੁਰੂ ਹੋਇਆ ਅੱਜ ਅਸੀਂ ਕੱਢ ਲਏ ਓਕੇ ਅੱਜ ਹੀ ਚੜਾ ਦਿੱਤਾ ਠੀਕ ਹੈ ਕਦੋਂ ਤੁਹਾਨੂੰ ਕਦੋਂ ਮਿਲੇ ਇਹ ਮੈਨੂੰ ਅੱਜ ਮਿਲੇ ਅੱਜ ਨਹੀਂ ਤੁਸੀਂ 2:30 ਵਜੇ ਗਏ ਜਦੋਂ ਮੈਂ ਇਸ ਟਾਈਮ ਆ ਗਿਆ ਜੀ ਹੁਣੇ ਪੇਪਰ ਲੈ ਕੇ ਜਾਣਾ
ਮੈਂ ਸਿਸਟਮ ਬਾਕੀ ਮੁੰਡੇ ਵਿੱਚ ਜਿਹੜੇ ਬਾਕੀ ਕੰਮ ਕਰਦੇ ਦੋ ਫੀਲਡ ਦੇ ਕਿੰਨੇ ਕਰਦੇ ਤਿੰਨ ਹੈ ਜੋ ਤਰ੍ਹਾਂ ਦਾ ਦੋ ਸਾਲ ਖਾਣੇ ਦੇ ਇੱਕ ਸੀ ਜੀ ਇਹਦੇ ਵਿੱਚ ਤੁਹਾਡੇ ਕਿੰਨੇ ਇਹ ਸਾਰੇ ਮੇਰੇ ਇਹ ਸਾਰੇ ਵੱਡੇ ਕਿੰਨੇ ਦਿਨ ਲੈਂਦੇ ਹੋ ਤੁਸੀਂ ਮੈਕਸੀਮਮ ਤੁਹਾਨੂੰ ਕਿੰਨੇ ਦਿਨ ਦਿੰਦੇ ਹੋ ਤੁਸੀਂ ਜਿਹੜਾ ਤੁਹਾਡੇ ਕੋਲ ਪੈਂਡੈਂਸੀ ਹੈ ਅੱਜ ਜਦੋਂ ਆਉਂਦਾ ਤੁਹਾਡੇ ਕੋਲ ਕੇਸ ਕਿੰਨੀ ਦੇਰ ਦੇ ਵਿੱਚ ਵਾਪਸ ਕਰਦੇ ਹੋ ਤੁਸੀਂ ਕੋਈ ਪਿਆ ਤੁਹਾਡੇ ਕੋਲ ਜਿਹੜਾ ਨਹੀਂ ਹਜੇ ਤੱਕ ਗਿਆ ਜਾਂ ਕੋਈ ਲੈਣ ਨਹੀਂ ਆਇਆ ਜਾਂ ਤੁਹਾਡਾ ਕਲੀਅਰ ਨਹੀਂ ਹੋਇਆ ਨਹੀਂ ਨਹੀਂ ਮੇਰੇ ਆਲਰੇਡੀ ਕਲੀਅਰ ਸੀ ਓਕੇ ਕਿੱਥੇ ਤੁਹਾਡੀ ਤੁਹਾਡੀ ਕਿੱਥੇ ਸਿਚੁਏਸ਼ਨ ਕਿੰਨੇ ਪੇਪਰ ਨੇ ਤੇਰੇ ਤਰੀਕ ਦੇ ਬਾਰਾਂ ਦਾ ਕੋਈ ਗਿਆਰਾਂ ਦਾ ਏਦਾਂ ਜਿੱਦਾਂ ਲੇਟ ਵਿੱਚ ਜਿਹੜੀ ਜਦੋਂ ਅਪਲਾਈ ਹੁੰਦੀ ਹੈ ਸਾਡੇ ਕੋਲ ਇਕੱਠੇ ਹੋਣੇ ਪੇਪਰ ਮੁੜ ਕੇ ਦੋ ਜਾਂ ਤਿੰਨ ਦਿਨ ਦੇ ਇਕੱਠੇ ਨਹੀਂ ਇਹ ਇਕੱਠੇ ਤੁਸੀਂ ਕਰ ਸਕਦੇ ਹੋ ਨਾ ਤੁਹਾਡੇ ਕੋਲ ਜਿਹੜਾ ਸਾਡੇ ਕੋਲ ਆ ਗਿਆ ਤੁਹਾਡੇ ਕੋਲ ਜਿਹੜੇ ਪੇਪਰ ਆਉਂਦੇ ਡੇਲੀ ਜਿਹੜੇ ਆਉਂਦੇ ਹਾਂਜੀ ਹਾਂਜੀ ਕੱਲ ਸ਼ਨੀ ਐਤਵਾਰ ਅੱਜ ਦੇ ਆ ਇਹ ਅੱਜ ਦੇ ਵਿੱਚ ਇਹ ਅੱਜ ਆਏ ਅਸਾਂ ਅੱਜ ਆਏ ਕੱਢੇ ਨਹੀਂ ਹੁਣ ਉਹਨਾਂ ਟਾਈਮ ਤੋਂ ਸਾਡੇ ਨੂੰ ਜਾਣਾ ਲੱਗ ਜੀ ਦਾ ਇਹ ਜਾਨੀ ਕਿ ਮੈਂ ਹਫਤੇ ਵਿੱਚ ਵਿੱਚ ਸਾਰੇ ਕੰਪਲੀਟ ਕਰ ਲਈ ਇਸ ਮੁੰਡੇ ਇਹਦੇ ਦੋ ਸੰਦੀਪ ਦੇ ਜੀ ਹਾਂ ਗਾਂ ਫੇਰ ਇਹਦੇ 15 ਦੇ ਆ ਗਏ ਨਾ ਇੱਕ ਮਿੰਟ ਲਈ ਤੁਹਾਡੀ 13 ਤਰੀਕ ਆ ਆ ਪੇਪਰ ਸਾਰੇ 13 ਦੇ ਹੋ ਗਏ ਹਾਂਜੀ ਇੱਥੋਂ ਤੱਕ ਆ 14 ਤਰੀਕ ਦਾ ਤੁਹਾਡੇ ਕੋਲ ਇੱਕੋ ਹੀ ਆ ਸਰ ਆ ਗਾਂ ਦੇ ਇੱਕ ਮਿੰਟ ਡੇਟਾ ਤੁਸੀਂ ਡੇਟ ਵਾਈਜ਼ ਹੀ ਪਾਉਂਗੇ ਨਾ ਹਾਂਜੀ ਹਾਂਜੀ ਅੱਗੋਂ ਤੁਹਾਡੀ 15 ਸਟਾਰਟ ਹੋ ਗਈ ਹਾਂਜੀ ਚਲੋ ਆ ਸਰ ਸਾਰੇ ਇਹੀ ਚੱਲਦੇ ਵੇ ਇੱਕ ਮਿੰਟ ਇਹ ਤੁਹਾਡੇ ਸਾਰੇ 15 ਦੇ ਹਾਂਜੀ ਹਾਂਜੀ ਇਹ ਅੱਜ ਚੜਾਈ ਸਾਰੇ ਅੱਜ 15 ਦਾ ਹੀ ਆ ਅੱਜ ਚੜੇ ਹੈ ਇਹ ਚੜੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਸਰ ਅੱਜ ਆਏ ਅੱਜ ਆ ਜੀ 15 ਦੇ ਅੱਜ ਦੂਸਰੇ ਦਿਨ ਸਰ ਸਾਰੇ ਇਹ ਜਿਹੜੀ ਡੇਟ
ਡੇਟ ਆ ਮੰਨ ਲਓ ਅੱਜ ਪੇਪਰ ਅਪਲਾਈ ਹੈ ਇਹ ਅੱਜ ਵੀ ਡੇਟ ਆ ਜੀ ਤੇ ਔਰ ਕਿਹੜਾ ਬਾਅਦ ਸਾਰੇ ਆਪਣੇ ਸੀਬੀਐਸਈ ਬ੍ਰਾਂਚ ਦਾ ਅੰਦਰ ਪੇਪਰ ਚੱਲਦੇ ਆ 12 ਦੇ ਵੀ ਪੈ ਛੜ ਤੋਂ ਅਪਲਾਈ ਹੋਣ ਤੋਂ ਬਾਅਦ ਸਾਡੇ ਕੋਲ ਤੀਜੇ ਚੌਥੇ ਦਿਨ ਪੇਪਰ ਆਉਂਦਾ ਹੈ ਮੈਨੂੰ ਪਤਾ ਮੈਨੂੰ ਪਤਾ ਸਰ ਕੁਝ ਵੀ ਤਰੀਕਾ ਵਿੱਚ ਜਿੱਦਾਂ ਮੰਨ ਲਓ ਆਪਣਾ ਕੋਲ ਰੱਖਣਾ ਹੈ ਕਿਸੇ ਨੇ ਗੁਰਮੇਲ ਕਰ ਦਿੱਤਾ ਉਹ ਪਹਿਲਾਂ ਗੁਰਮੇਲ ਚੱਲ ਜਾਂਦਾ ਹੈ ਫਿਰ ਵਾਪਸ ਜਲੰਧਰ ਕਰਦੇ ਆ ਫਿਰ ਸਾਨੂੰ ਦੁਬਾਰਾ ਰੀਮਾਰਕ ਹੁੰਦਾ ਉਹ ਲੇਟ ਹੋ ਜਾਂਦਾ ਜੀ ਤੁਹਾਡੇ ਕੋਲ 13 ਦੇ ਵੀ 12 ਦੇ ਵੀ 7 ਦੇ ਜਿਹੜੀ ਵਾਪਸੀ ਹਫ਼ਤੇ ਦੇ ਵਿੱਚ ਵਿੱਚ ਹੁੰਦੀ ਆ ਅੱਜ ਕਿੰਨੀ ਤਰੀਕ ਹੈ ਅੱਜ 15 15 ਤੇ 7 ਤਰੀਕ ਵਾਲੇ ਨੂੰ ਕਿੰਨੇ ਦਿਨ ਹੋ ਗਏ ਆ ਸਾਰੇ 7 ਵਾਲਾ ਪੇਪਰ ਲੇਟ ਲੇਟ ਆ ਜੀ ਆਪਾਂ ਕੋਲ ਲੇਟ ਵੀ ਹੈ ਜਦੋਂ ਆਪਣਾ ਰਿਸੀਵ ਹੁੰਦੇ ਆ ਐਂਟਰੀ ਹੁੰਦੀ ਹੋਣੀ ਆ ਤੁਹਾਡੀਆਂ ਵੱਖਰੀਆਂ ਵੱਖਰੀਆਂ ਡੇਟਾਂ ਨੇ ਤੁਹਾਡੇ ਕੋਲ 12ਵੇਂ ਮਹੀਨੇ ਦੇ ਵੀ ਪੇਪਰ ਆ ਇਹਦੇ ਵਿੱਚ ਤੁਹਾਡੇ ਕੋਲ ਸਾਰੇ 5 ਤਰੀਕ ਤੋਂ ਮਤਲਬ ਡੇਟਾ ਦੇਖੋ ਤੁਸੀਂ 13 ਦੇਖੀ ਨਾ ਮੇਰਾ ਉੱਥੇ ਮੋਬਾਈਲ ਹੈ 13 ਹੋ ਗਈ 5 ਤਰੀਕ ਹੋ ਗਈ ਠੀਕ ਹੈ 12 ਹੋ ਗਈ 7 ਤਰੀਕ ਹੋ ਗਈ ਫਿਰ ਤੁਹਾਡੇ ਕੋਲ 13 ਦੇ ਜ਼ਿਆਦਾ ਨੇ 12 ਦੇ ਜ਼ਿਆਦਾ ਨੇ ਠੀਕ ਹੈ ਮੈਂ ਪੁੱਛਦੀ ਹਾਂ ਕਿ ਜਿਹੜੀ ਤੁਹਾਡੀ ਰਜਿਸਟਰ ਤੁਹਾਡਾ ਹੈ ਉਹਦੇ ਵਿੱਚ ਡੇਟਾਂ ਦੇ ਮੁਤਾਬਕ ਮੈਨੂੰ ਦਿਖਾਓ ਕਿ ਤੁਸੀਂ ਕਿੱਥੇ ਡੇਟ ਵਾਈਜ਼ ਨੋਟ ਕੀਤਾ ਸਰ ਇਦਾਂ ਜਾਂ ਤੁਸੀਂ ਜਦੋਂ ਆਉਂਦੇ ਹੋ ਮਰਜ਼ੀ ਦੇ ਨਾਲ ਇਕੱਠਾ ਚਾੜ ਦਿੰਦੇ ਨਹੀਂ ਸਰ ਮੈਂ ਤਾਂ ਸਾਨੂੰ ਤੋਂ ਐਸਐਸਬੀ ਦਾ ਉੱਪਰ ਤੋਂ ਮੇਲ ਆ ਗਈ ਉਹ ਇਕੱਠੀ ਆਉਂਦੀ ਆ 12 ਵਾਲਾ ਹੋਵੇ 13 ਵਾਲਾ ਵੀ 14 ਹੋਵੇ ਜਦੋਂ ਮਾਈ ਉਹ ਸਾਨੂੰ ਇਕੱਠੇ ਪੇਪਰ ਆਉਂਦੇ ਜਿੱਦਾਂ ਅੱਜ ਸਾਨੂੰ ਆਏ ਸਾਨੂੰ ਆ 12 13 ਦੇ ਇੱਥੇ 5 ਵਾਲਾ ਵੀ ਆਇਆ ਇਹ ਅੱਜ ਸਾਨੂੰ ਮਨਜ਼ੂਰ ਹੋਇਆ ਅੱਜ ਅਸੀਂ ਕਰ ਲਏ ਮੇਰਾ ਇੱਥੇ ਮੁੱਖ ਕਾਰਨ ਜਿਹੜਾ ਆਉਣ ਦਾ ਉਹ ਇਹ ਆ ਕਿ ਮੈਨੂੰ ਸ਼ਿਕਾਇਤਾਂ ਮਿਲਦੀਆਂ ਕਿ ਵੀ ਪੈਸਿਆਂ ਮੇਰਾ ਸਾਨੂੰ ਪੇਪਰ ਨਹੀਂ ਮਿਲਦਾ ਔਰ ਮੇਰੇ ਕੋਲ ਐਫੀਡੇਵਿਟ ਨੇ ਲੋਕਾਂ ਦੇ ਚਾਰ ਸਾਹਿਬ ਨਰਿੰਦਰ ਜੀ ਮੇਰੇ ਕੋਲ ਐਫੀਡੇਵਿਟ ਨੇ ਲੋਕਾਂ ਦੇ ਜਿਹੜੇ ਮੈਨੂੰ ਇਹ ਕਹਿੰਦੇ ਕਿ ਸਾਨੂੰ ਜਿਹੜੀ ਆ ਕਾਗਜ਼ ਦੀ ਇਹਨਾਂ ਦੇ ਕਰ ਦਿੱਤਾ ਸਾਰਿਆਂ ਦੇ ਕਲੀਅਰ ਕਰ ਦਿੱਤੇ ਤੁਹਾਡੇ ਕੋਲ ਕਾਗਜ਼ ਲੈਂਦੇ ਆ ਵੈਸੇ ਡਿਊਟੀ ਕਿਹਦੀ ਹੈ ਪੇਪਰ ਵਾਪਸ ਕਰਨ ਦੀ ਸੀ ਭਾਸ਼ਾ ਮੇਰੀ ਸਮਝ ਨਹੀਂ ਆ ਰਹੀ ਮੈਂ ਨਹੀਂ ਕਹਿ ਰਹੀ ਹਾਂ ਕਿ ਮੇਰੇ ਕੋਲ ਐਫੀਡੇਵਿਟ ਹੈ
ਪੋਂਡ ਹੋ ਗਿਆ ਜੋ ਟੈਬਲੇਟ ਹੈ ਤੁਹਾਨੂੰ ਪਤਾ ਨਹੀਂ ਮੈਂ ਤਾਂ ਦੁਬਾਰਾ ਕਰਵਾਈ ਹੋ ਲੇ ਲੋ ਤੇਰਾ ਕਿਹੜਾ ਬੰਦਾ ਮੈਂ ਹਜੇ ਤੱਕ ਆਇਆ ਜਦ ਹੈ ਨਹੀਂ ਕੋਈ ਵੀ ਸਭ ਨਹੀਂ ਮੈਂ ਕਿਸੇ ਹੋਰ ਨੂੰ ਕਹਿੰਦੀ ਨਹੀਂ ਮੈਂ ਇਹਨਾਂ ਨੂੰ ਕਹਿੰਦੇ ਤੁਸੀਂ ਇੰਚਾਰਜ ਹੋ ਨਾ ਤੁਹਾਨੂੰ ਕਹਿ ਰਹੀ ਹਾਂ ਮੈਂ ਕਿ ਪੈਸੇ ਲੈ ਕੇ ਤੁਸੀਂ ਕਾਗਜ਼ ਦੇ ਦਿੰਦੇ ਜਿਹੜੇ ਬੰਦੇ ਦਾ ਕੰਮ ਨਹੀਂ ਹੋਣ ਵਾਲਾ ਹੋਵੇ ਉਹ ਤੁਹਾਡੇ ਕੋਲ ਜਾ ਕੇ ਜ਼ਰੂਰ ਕਹਿ ਸਕਦਾ ਜਦ ਉਹਦਾ ਕੰਮ ਨਾ ਹੋਵੇ ਨਾ ਹੋਣ ਵਾਲਾ ਕੰਮ ਨਹੀਂ ਹੋਇਆ ਮੈਨੂੰ ਇਹ ਨਹੀਂ ਕਿ ਸਾਡਾ ਕੰਮ ਨਹੀਂ ਹੋ ਰਿਹਾ ਮੈਨੂੰ ਸ਼ਿਕਾਇਤ ਇਹ ਆ ਰਹੀ ਆ ਕਿ ਤੁਸੀਂ ਕੰਮ ਹੋਏ ਦੇ ਕਾਗਜ਼ ਪੈਸੇ ਲੈ ਕੇ ਮੈਂ ਸਰ ਤਾਂ ਨਹੀਂ ਕੋਈ ਵੀ ਮੈਂ ਠੀਕ ਹੈ ਸਰ ਕੋਈ ਗੱਲ ਨਹੀਂ ਫਿਰ ਭੁਗਤ ਲਈ ਮੇਰੇ ਕੋਲ ਹੈ ਕੱਲ ਮੇਰੇ ਕੋਲ ਐਫੀਡੇਵਿਟ ਹੈ ਨਹੀਂ ਮੰਨਣਾ ਮੰਨਿਆ ਮੰਨਿਆ ਚੰਗਾ ਹੁੰਦਾ ਜੇ ਤੁਸੀਂ 5 ਤਰੀਕ ਵਾਲੇ ਤੁਹਾਨੂੰ ਹੁਣ 11 ਚ ਵਾਪਸ ਆਇਆ ਜਾਂ ਤੁਹਾਨੂੰ 11 ਚ ਤੁਸੀਂ ਭੇਜੇ ਸੀ ਉਧਰ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਮੁਨਸ਼ੀ ਵੱਲੋਂ ਕੋਈ ਦਿੱਕਤ ਤਾਂ ਨਹੀਂ ਤੁਹਾਡੇ ਪੇਪਰ ਵਾਪਸ ਆਉਂਦੇ ਆ ਟਾਈਮ ਨਾਲ ਤੁਸੀਂ ਪਿੰਡਾਂ ਚ ਮੁੰਡੇ ਠੀਕ ਕੰਮ ਕਰਦੇ ਆ ਕਿਸੇ ਦੀ ਮੈਨੂੰ ਕਦੇ ਸ਼ਿਕਾਇਤ ਨਹੀਂ ਆਈ ਬੜੇ ਜੈਨੂਇਨ ਤਰੀਕੇ ਨਾਲ ਕੰਮ ਕਰਦੇ ਆ ਮੁੰਡੇ ਜਿਹੜੇ ਪਿੰਡਾਂ ਚ ਜਾਂਦੇ ਵਧੀਆ ਤਰੀਕੇ ਨਾਲ ਫੋਨ ਕਰਦੇ ਸਾਰਾ ਕੁਛ ਕਰਦੇ ਆ ਤੁਸੀਂ ਵੀ ਜਦੋਂ ਤੁਹਾਡੇ ਕੋਲ PCC ਆ ਗਈ ਆ ਵਾਪਸ ਤਾਂ ਐਟਲੀਸਟ ਜੇ ਤੁਸੀਂ ਮੈਸੇਜ ਕਰ ਦਿਓ ਜਾਂ ਤੁਸੀਂ ਇੱਕ ਫੋਨ ਕਰਨ ਦਾ ਬਣਾ ਲਓ ਹੁਣ ਉਹ ਆਪੇ ਆਈਆਂ ਬੱਚੀਆਂ ਤੁਸੀਂ ਤਾਂ ਫੋਨ ਨਹੀਂ ਕੀਤਾ ਉਹਨਾਂ ਨੂੰ ਜਦ ਤੱਕ ਆ ਹੀ ਗਿਆ ਕਾਗਜ਼ ਦੇਖੋ ਚੈੱਕ ਕਰੋ ਇਹਨਾਂ ਦਾ ਕਾਗਜ਼ ਤੇ ਆ ਗਿਆ ਮੈਂ ਤਾਂ ਸਾਈਨ ਹੋਇਆ ਤੇ ਐਡਿਟੀ ਸਾਰੇ ਸਾਈਨ ਹੋਣੇ ਸਰਟੀਫਿਕੇਟ ਚੱਲ ਰਹੀ ਹੈ ਕਿਹਦੇ ਸਾਈਨ ਹੋਣੇ DSP ਸਾਹਿਬ ਦੇ ਸਾਈਨ ਮੇਰੇ ਤੋਂ ਡਿਪਸਾ ਦਿੰਦੇ ਨੇ ਇਹਨਾਂ ਕਦੋਂ ਤੇ ਆਇਆ ਪੈਸਾ ਚੈੱਕ ਕਰਨ ਲਈ ਪਾਸਵਰਡ ਕਦੋਂ ਨਾਲੋ ਨਾਲ ਹੀ ਸਾਰਾ ਹੀ ਕਰੀ ਜਾਂਦੇ ਰਹੇ ਅੱਜ ਦੀ ਰਾਤ ਚਲੇ ਗਈ ਤੁਹਾਨੂੰ ਹਾਂਜੀ ਚਲੇ ਗਈ ਕੱਲ ਦੀ ਕੋਈ ਪੈਂਡੈਂਸੀ ਪਰਸੋਂ ਦੀ ਕੋਈ ਪੈਂਡੈਂਸੀ ਉਹ ਸਾਰਾ ਹੈਗੀ ਆ ਕੁਛ ਪੇਪਰ ਲੇਟ ਹੈ ਡੀ ਐਡਵਾਈਸ ਕਰ ਦਿੰਦੇ ਆ ਸਰ ਨਹੀਂ ਡੀ ਐਡਵਾਈਸ ਤੇ ਕਿਹੜੀ ਡੇਟ ਤੋਂ ਤੁਹਾਡੇ ਕੋਲ ਪੈਂਡੈਂਸੀ ਵੀ ਚੱਕ ਲਓ ਨਾਲ ਰਜਿਸਟਰ ਲੈ ਕੇ ਠੀਕ ਹੈ ਸਰ ਜਿਹਨਾਂ ਨੇ ਜਲਦੀ ਕਹਿ ਦਿੱਤਾ ਤੇ ਜਲਦੀ ਆ ਜਲਦੀ ਪ੍ਰਵਾਹ ਦੇ ਤੁਹਾਨੂੰ ਕਰ ਦੱਸ ਕਿ ਕਿਸੇ ਦਾ ਸਾਈਨ ਨਹੀਂ ਹੋਇਆ ਸਾਡਾ ਕੈਪਿਟਲ ਆ ਮੈਨੂੰ ਨਾ ਸਟੋਰੀਆਂ ਸਾਰੀਆਂ ਪਤਾ ਥੋੜੀਆਂ ਇਸ ਕਰਕੇ ਤੁਸੀਂ ਨਾ ਕੋਸ਼ਿਸ਼ ਕਰਿਓ ਮੈਨੂੰ ਪਤਾ ਵੀ ਜਲਦੀ ਹੋਇਆ ਤਾਂ ਕਿਵੇਂ ਹੋਇਆ ਠੀਕ ਹੈ ਜੇ ਤੁਸੀਂ ਵਾਹਵਾ ਫੰਡ ਲਾਉਣ ਨੌਕਰੀ ਕਰਦੇ ਹੋ ਚੰਗੀ ਤੁਹਾਡੀ ਸੈਲਰੀ ਲੈਂਦੇ ਹੋ ਅਤੇ ਤੁਸੀਂ ਜੇ ਵੈਸੇ ਜਲਦੀ ਕੰਮ ਕਰਕੇ ਲੋਕਾਂ ਦੀਆਂ ਸੀਸਾਂ ਲੈ ਲਓ ਤਾਂ ਕੀ ਫਰਕ ਪੈਂਦਾ ਇਹ ਕੰਮ ਆਉਂਦਾ ਕਿਸੇ ਦੇ ਇਹ ਪੈਸੇ ਉੱਪਰ ਲੈ ਜਿਹੜੇ ਤੁਸੀਂ ਲੈਂਦੇ ਹੋ ਇਹ ਤੁਹਾਡੇ ਨਿਆਣੇ ਨੇ ਡੱਲ ਰਿਹਾ ਪਰ ਅਹੀਂ ਤਾਂ ਕੋਸ਼ਿਸ਼ ਮੇਰੀ ਤਾਂ ਸਰ ਇੱਥੇ ਲਗਾਤਾਰ ਕਿਤੇ ਨੌਕਰੀ ਮੈਂ ਜਦੋਂ ਤੱਕ ਤੁਹਾਨੂੰ ਆਪ ਬੁਲਾਇਆ ਸੀ ਹਾਂਜੀ ਹਾਂਜੀ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਵੀ ਤੁਸੀਂ ਠੀਕ ਨਹੀਂ ਕੀਤਾ ਬਹੁਤ ਦਿਨਾਂ ਤੋਂ ਮੈਨੂੰ ਇਹ ਕਹਿਣਾ ਚਾਹ ਰਹੀ ਉਮੀਦ ਨਹੀਂ ਤੱਕ ਬਹੁਤ ਦਿਨਾਂ ਤੋਂ ਇਹ ਕਹਿਣਾ ਚਾਹ ਰਹੀ ਡਰ ਕੋਈ ਨਹੀਂ ਰੱਖ ਲਈ ਕੋਈ ਮਾਮਲੇ ਵਿੱਚ ਆਪਾਂ ਡਿਫਰੈਂਟ ਜਾਂਦੇ ਹਾਂ ਕਿਸੇ ਨੂੰ ਤੁਹਾਡੀ
ਪਿਛਲੇ ਜਦੋਂ ਤੋਂ ਸਿਸਟਮ ਚੱਲਿਆ ਕਦੀ ਸ਼ਿਕਾਇਤ ਨਹੀਂ ਆਈ। ਜੇ ਕੋਈ ਦੇਣ ਦੀ ਵੀ ਕੋਸ਼ਿਸ਼ ਕਰੇ ਪੈਸੇ ਵੱਧ ਤੋਂ ਲੈਂਦੇ ਨਹੀਂ ਹੈ। ਮੈਂ ਤਾਂ ਆਪਣੇ ਵੱਲੋਂ ਇਮਾਨਦਾਰੀ ਦੇ ਨਾਲ ਹੀ ਇੱਥੇ ਗੱਲਾਂ ਚਾਹੁੰਦੇ ਠੀਕ ਹੈ। ਤੁਹਾਡਾ ਤੇ ਹੋਰ ਹਿਸਾਬ ਹੋਣਾ ਨਾ ਮੰਦਰ ਦਾ। ਪਹਿਲਾਂ ਮੁਨਸ਼ੀ ਦੇ ਹੋਣੀ ਅੱਜ ਦੇ ਇਹ ਕੀ ਡਾਕੂਮੈਂਟ ਹੈ ਘੱਟੋ ਘੱਟ ਡੇਲੀ 40-50 ਹੁੰਦੀਆਂ ਘੱਟ ਤੋਂ ਘੱਟ ਕਰੈਕਟਰ 12-15 ਕਰੈਕਟਰ ਆ ਜਾਂਦੇ। ਪਾਸਪੋਰਟ ਜਿਹੜਾ ਘੱਟੋ ਘੱਟ 70-80 ਪਾਸਪੋਰਟ ਡੇਲੀ ਤੇ ਆਉਂਦੇ। ਉਹ ਫਿਰ ਇਹਨੂੰ ਜਿੰਨੇ ਕੁ ਵੱਧ ਤੋਂ ਵੱਧ ਸਿਰਫ 9-5 ਹੀ ਸਰ 7-7:30 ਵਜੇ ਡੇਲੀ 7:30-8 ਵਜੇ ਜਾਂਦੇ।